ਵੀਰਸ ਵੈਲਕਮ ਬੈਕ ਇਨ ਅ ਪ੍ਰੋਗਰਾਮ ਜੀ ਰਸਾ ਐਂਡ ਵਾਲੇ 이슈 ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਅ ਦੇਖੋ ਜਦੋਂ ਅਸੀਂ ਡਾਇਸਪੋਰਸ ਸਿੱਖਾਂ ਦੀ ਸ਼ਕਤੀ ਦੀ ਗੱਲ ਕਰਦੇ ਹਾਂ 5 ਮਿਲੀਅਨ ਸਿੱਖਾਂ ਦੇ ਪ੍ਰਭਾਵ ਦੀ ਜੀ ਪੋਲੀਟਿਕਲੀ ਅਸੀਂ ਕਈ ਦਿਨਾਂ ਤੋਂ ਹੀ ਇਹ ਦੱਸ ਰਹੇ ਹਾਂ ਵੀ ਕਿਵੇਂ ਇਹਨਾਂ April ਦੇ ਦਿਨਾਂ ਦੇ ਵਿੱਚ ਡਾਇਸਪੋਰਸ ਸਿੱਖਾਂ ਨੇ ਆਪਣਾ ਮਸਲ ਫਲੈਕਸ ਕੀਤਾ ਹੈ ਆਪਣੀ ਤਾਕਤ ਦਿਖਾਈ ਹੈ ਜੀ ਅ ਬੈਕ ਹੋਮ ਉਹਦਾ ਕੀ ਪ੍ਰਭਾਵ ਹੈ ਜਿਹੜੇ ਅਮਰਿੰਦਰ ਨੂੰ ਮਰੋੜ ਲੱਗੇ ਹੋਏ ਨੇ ਇਹ ਵੀ ਜੋ ਕੁਝ ਪਿਛਲੇ ਸਾਲ ਜੂਨ ਦੇ ਮਹੀਨੇ ਅਮਰਿੰਦਰ ਨੂੰ ਅਮਰੀਕਾ ਦੇ ਵਿੱਚ ਜਲਵਾ ਦਿਖਾਇਆ ਔਰ ਜੋ ਕੈਨੇਡਾ ਚ ਇਹ ਵੜ ਨਹੀਂ ਸਕਿਆ ਹੈ ਉਸ ਨੇ ਅਲਟੀਮੇਟਲੀ ਇਹਨੂੰ ਫਰਦਰ ਏਜੰਸੀਆਂ ਦਾ ਹੱਥ ਠੋਕਾ ਬਣਾਇਆ ਪਰ ਅਸੀਂ ਇਵਨ ਵਿਦਨ ਅਕਾਲੀ ਪੋਲਿਟਿਕਸ ਵੀ ਗੱਲ ਕਰਦੇ ਆ ਕਿ ਵੀ ਜੇ ਅੱਜ ਸ਼੍ਰੋਮਣੀ ਕਮੇਟੀ ਔਰ ਦੂਸਰੇ ਜਿਹੜੇ ادارے ਨੇ ਜਿਹੜੇ ਜਥੇਦਾਰ ਬਿਲਕੁਲ ਤਨਖਾਈ ਇਹ ਬਾਦਲ ਟੱਬਰ ਦੇ ਔਰ ਪਿਛਲੇ ਦਿਨਾਂ ਚ ਬੜਾ ਦਿਲਚਸਪ ਪਿੰਕ ਸਾਫ ਹੋਏ ਜਦੋਂ ਕਿ ਵਿਗਿਆਨੀ ਗੁਰਮੁਖ ਸਿੰਘ ਜਿਹੜੇ ਕਿ ਤਖਤ ਦੰਦਮਾ ਸਾਹਿਬ ਦੇ ਥਾਪੇ ਹੋਏ ਉਹਨਾਂ ਦੇ ਜਥੇਦਾਰ ਸਨ ਜੀ ਉਹਨਾਂ ਨੇ ਫਾਈਨਲ ਮੀਟਿੰਗ ਚੋਂ ਨਹੀਂ ਗਏ ਜਿਸ ਦੇ ਚ ਇਹ ਸਾਰਾ ਡਰਾਮਾ ਰਚਿਆ ਕਿ ਜੀ ਜਿਨ੍ਹਾਂ ਨੇ ਰਾਮ ਰਹੀਮ ਦੀ ਮਦਦ ਕੀਤੀ ਸੌਦਾ ਸਾਧ ਦੇ ਡੇਰੇ ਗਏ ਵੋਟਾਂ ਮੰਗਣ ਉਹਨਾਂ ਨੂੰ ਤਨਖਾਈ ਇਹ ਬਣਾਉਣਾ ਔਰ ਉਹਨਾਂ ਨੇ ਜਿਹੜੇ ਇਨਕਸ਼ਾਫ ਵੀ ਕੀਤੇ ਉਹਦੇ ਚ ਉਹਨਾਂ ਨੇ ਪੂਰੀ ਕਹਾਣੀ ਗੁਰਮੁਖ ਸਿੰਘ ਰੌਣੇ ਦਿੱਤੀ ਹੈ ਕਿ ਵੀ ਕਿਵੇਂ ਸਾਨੂੰ ਸੁਖਬੀਰ ਬਾਦਲ ਦੇ ਘਰ ਸੱਦ ਕੇ ਜਥੇਦਾਰਾਂ ਨੂੰ ਔਰ ਕਿਵੇਂ ਉਹ ਚਿੱਠੀ ਹਿੰਦੀ ਚ ਫੜਾਈ ਮਾਫੀਨਾਮਾ ਜਿਹੜਾ ਵਾਪਸ ਲੈਣ ਦਾ ਸੀ ਗੁਰਮਤ ਹੈ ਔਰ ਉਹਦੇ ਚ ਉਹਨਾਂ ਨੇ ਕਿਹਾ ਕਿ ਜੀ ਕਿਸ ਕਿਸਮ ਦਾ ਇਹ ਸਾਰਾ ਪੋਨ ਗਿਆ ਜੇ ਮੇਰੇ ਦਿਲ ਤੇ ਬੋਝ ਸੀ ਔਰ ਮੈਂ ਉਸ ਬੋਝ ਤੋਂ ਆਪਣੇ ਆਪ ਨੂੰ ਸਰਖਰੂ ਕੀਤਾ ਵੀ ਇਹ ਤਾਂ ਇੱਕ ਟੱਬਰ ਦੇ ਜਿਹੜੇ ਪਾਲਤੂ ਬਣੇ ਹੋਏ ਨੇ ਸੋ ਇੱਕ ਪਾਸੇ ਇਹ ਪਾਰਟ ਔਰ ਇਹ ਬਾਹਰਲੇ ਸਖਾਂ ਦਾ ਇੱਕ ਦਬਦਬਾ ਜਾਂ ਦੂਜਾ ਵੀ ਜਿਹੜਾ ਜਥੇਦਾਰ ਹਰ ਚੌਥੇ ਦਿਨ ਜਾਜੇ ਚੜਿਆ ਹੁੰਦਾ ਸੀ ਹੁਣ ਉਹ ਆਪਣੇ ਘਰ ਦੀ ਚਾਰ ਦਿਵਾਰੀ ਚੋਂ ਨਹੀਂ ਨਿਕਲਦੇ ਜਾਂ ਉਹਨਾਂ ਦੀ ਸਿਕਿਉਰਿਟੀ ਦੇ ਥੱਲੇ ਸ਼੍ਰੋਮਣੀ ਕਮੇਟੀ ਦੇ ਵਿਚਰਦੇ ਨੇ ਦੂਸਰੇ ਪਾਸੇ ਜਿਹੜੀ ਅਸੀਂ ਬੜੇ ਵੇਰਵੇ ਦੇ ਨਾਲ ਇਸ ਇਸ਼ੂ ਨੂੰ ਲਿਆ ਸਾਕਾ ਨਕੂਦਰ ਕਿਵੇਂ ਜਿਹੜਾ ਸਾਕਾ ਨਕੂਦਰ 1986 ਦੇ ਵਿੱਚ ਵਾਪਰਿਆ ਸਾਕਾ ਆਚਾਰ ਸਿੰਘ ਸ਼ਹੀਦ ਹੋਏ ਔਰ ਇਹ ਸਾਰੇ ਪੀਰੀਅਡ ਦੇ ਵਿੱਚ 31-32 ਸਾਲ ਦੇ ਪੀਰੀਅਡ ਚ ਭਾਰੀ ਕੋਸ਼ਿਸ਼ਾਂ ਦੇ ਬਾਵਜੂਦ ਚਾਰੋ ਹੀ ਉਹਨਾਂ ਸ਼ਹੀਦ ਸਿੰਘਾਂ ਦੀਆਂ ਤਸਵੀਰਾਂ ਕੇਂਦਰੀ ਸਿੱਖ ਜਾਇਬਕਰ ਚ ਨਹੀਂ ਸੀ ਲੱਗ ਰਹੀਆਂ ਇਹਦੇ ਬਾਵਜੂਦ ਕਿ ਜਥੇਦਾਰ ਸਾਬਕਾ ਜਿਹੜੇ ਨੇ ਔਰ ਸ਼ੋਮਨੀ ਕਮੇਟੀ ਔਰ ਦੂਜੇ ਗੱਲਾਂ ਬਾਤਾਂ ਕਰਦੇ ਰਹੇ ਉਹਨਾਂ ਦੇ ਪਿੰਡ ਜਾ ਕੇ ਭਾਈ ਰਵਿੰਦਰ ਸਿੰਘ ਦੇ ਤਰ੍ਹਾਂ ਦੇ ਜਿਹੜਾ ਸਮਾਗਮ ਵੀ ਕੀਤਾ ਐਲਾਨ ਵੀ ਕੀਤਾ ਪਰ ਕੋਈ ਫਾਲੋਅ ਅਪ ਨਹੀਂ ਸੀ नतीजे के तौर पर वो जथेदार ने कहा मैं तो पता ही नहीं है तो फाइनली मैं समझदा भी यह डायसपोरा सिखा है कि पिछले दिन ही इस दो दिन पहले ही साढ़े लिए खुशखबरी सी कि अल्टीमेटली चारों जोड़े साका नकोदर के शहीद सिंह ने ਉਹਨਾਂ ਦੀਆਂ ਤਸਵੀਰਾਂ ਅਜਾਇਬ ਘਰ ਦੇ ਵਿੱਚ ਲੱਗੀਆਂ ਔਰ ਚੰਗੀ ਗੱਲ ਸੀ ਕਿ ਵੀ ਸ਼੍ਰੋਮਣੀ ਕਮੇਟੀ ਪ੍ਰਧਾਨ ਔਰ ਜਿਹੜਾ ਪ੍ਰੋਫੈਸਰ ਕਿਰਪਾਲ ਸਿੰਘ ਵਡੂੰਗਰ ਨੂੰ ਇੱਕ ਕ੍ਰੈਡਿਟ ਜਾਂਦਾ ਹੈ ਕਿ ਇਵੈਂਚੁਅਲੀ ਜਿੱਥੇ ਕਿ ਉਹ ਜਦੋਂ ਕਿ ਉਹਨਾਂ ਦੇ ਪਿੰਡ ਸਮਾਗਮ ਹੋਇਆ ਜਿਹੜਾ ਨਿਤਰਾ ਉੱਥੇ ਵੀ ਆਏ ਔਰ ਜਿਹੜਾ ਉਹਨਾਂ ਨੇ ਇਕਰਾਰ ਕੀਤਾ ਸੀ ਉਹ ਉਹਨਾਂ ਨੇ ਨਿਭਾਇਆ ਔਰ ਇਹ ਚੰਗੀ ਗੱਲ ਹੈ ਕਿ ਵੀ ਇਹ ਡਿਸਕ੍ਰੈਡਿਟਿਡ ਜਥੇਦਾਰ ਨੇ ਉਹ ਕੋਈ ਉਸ ਦੀ ਪਰਦਾ ਚੁੱਕਣ ਦੀ ਰਸਮ ਨਹੀਂ ਕੀਤੀ ਇਹ ਕਿਰਪਾਲ ਸਿੰਘ ਬਡੂਂਗਰ ਔਰ ਦਲਖਾਲ ਸਾਦੇ ਆਗੂ ਭਾਈ ਹਰਪਾਲ ਸਿੰਘ ਚੀਮਾ ਕਵਰਪਾਲ ਸਿੰਘ ਔਰ ਪਰਿਵਾਰਾਂ ਦੇ ਮੈਂਬਰ ਸਾਰੇ ਔਰ ਇਸ ਦੇ ਲਈ ਜਿਹੜਾ ਪਰਿਵਾਰਾਂ ਨੇ ਖਾਸ ਤੌਰ ਤੇ ਵੀ ਰਵਿੰਦਰ ਸਿੰਘ ਲਿੱਤਰਾ ਦੇ ਪਰਿਵਾਰ ਨੇ ਉਹਨਾਂ ਨੇ ਤਾਂ ਸਾਰੇ ਹੀ ਸ਼ਹੀਦਾਂ ਨੂੰ ਉਹਨਾਂ ਦੇ ਮਾਤਾ ਪਿਤਾ ਨੇ ਆਪਣੇ ਬੱਚੇ ਬੱਚੀਆਂ ਦੀ ਤਰ੍ਹਾਂ ਸਮਝਦੇ ਆ ਉਹਨਾਂ ਦੇ ਪਰਿਵਾਰਾਂ ਨੂੰ ਜਿਹੜਾ ਉਹਨਾਂ ਸ਼ਹੀਦਾਂ ਦੀ ਜਿਹੜੀ ਹੈ ਇਸ ਮੁਹਿੰਮ ਦੀ ਅਗਵਾਈ ਕੀਤੀ ਜੀ ਔਰ ਇਲੇਚ ਇੱਕ ਖੁਸ਼ੀ ਦੀ ਗੱਲ ਹੈ ਪਰ ਦੂਸਰਾ ਪਾਰਟ ਇਹ ਸੀ ਕਿ ਵੀ ਹੁਣ ਬਹਿਬਲ ਗਲਾਂ ਗੋਲੀਖਾਨ ਜਿਹਦੇ ਵਿੱਚ ਪਾਈ ਕ੍ਰਿਸ਼ਨ ਭਗਵਾਨ ਸਿੰਘ ਸ਼ਹੀਦ ਹੋਏ ਪਾਈ ਗੁਰਜੋਤ ਸਿੰਘ ਹੋਏ ਉਹਨਾਂ ਨੂੰ ਸ਼ਹੀਦ ਐਲਾਨ ਨਹੀਂ ਗਿਆ ਉਹਨਾਂ ਦੀਆਂ ਪਿਕਚਰ ਜਿਹੜੀਆਂ ਨੇ ਉਹ ਨਹੀਂ ਉਹ ਤੇ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਪ੍ਰੋਫੈਸਰ ਬਡੂੰਗਰ ਨੂੰ ਕਿ ਜੀ ਉਹਨਾਂ ਦੀਆਂ ਨਹੀਂ ਲੱਗੀਆਂ ਉਹਨਾਂ ਨੇ ਕਿਹਾ ਜੀ ਸਾਡੇ ਤੱਕ ਕਿਸੇ ਨੇ ਬਹਿਬਲ ਕਲਾ ਗੋਲੀਖਾਨ ਬਾਰੇ ਪਹੁੰਚ ਹੀ ਨਹੀਂ ਕੀਤੀ ਹਮਮ ਵੀ ਦੱਸੋ ਜਿਹਨਾਂ ਦੇ ਬੰਦੇ ਮਰਦੇ ਨੇ ਸ਼ਹੀਦ ਉਹ ਤੁਹਾਨੂੰ ਆ ਕੇ ਕਹਿਣ ਕਿ ਵੀ ਸਾਡੀਆਂ ਤੁਸੀਂ ਸਾਡੇ ਬੱਚਿਆਂ ਦੀਆਂ ਪਿਕਚਰਾਂ ਲਾਓ ਜੀ ਵੀ ਤੁਹਾਨੂੰ ਇਸ ਗੱਲ ਦੀ ਸ਼ਰਮ ਨਹੀਂ ਆਉਂਦੀ ਇਸ ਕਿਸਮ ਦੀਆਂ ਗੱਲਾਂ ਪਰ ਇਹ ਸ਼ੋਅ ਕਰਦਾ ਹੈ ਵੀ ਅਕਾਲੀ ਹਾਲਾਂ ਬਡੁੰਗਰ ਨੇ ਘਟੂ ਘਾਟੀ ਸਾਕਾਨ ਕੋਦਰ ਵਾਲਿਆਂ ਨੂੰ ਰੈਕਗਨਾਈਜ਼ ਕਰਕੇ ਆਪਣੇ ਨੰਬਰ ਬਣਾਏ ਨੇ ਲੇਕਿਨ ਤੁਸੀਂ ਦੇਖੋ ਕਿ ਕਲਚਰ ਕੀ ਹੈ ਉੱਥੇ ਅਕਾਲੀ ਕਲਚਰ ਕਿਸ ਲੈਵਲ ਤੱਕ ਜਾ ਚੁੱਕਾ ਹੈ ਔਰ ਉਹਨਾਂ ਨੇ ਜਿਹੜਾ ਇਵਨ ਇਹ ਕਹਿ ਕੇ ਜਵਾਬ ਦੇਣਾ ਵੀ ਕਿ ਜੇ ਸਾਡੇ ਤੱਕ ਉਹਨੇ ਇਮਾਨਦਾਰੀ ਕਿਹਾ ਹੋਣਾ ਕਿਉਂਕਿ ਆਪ ਤੋ ਕਰਦੇ ਹੀ ਕੁਛ ਨਹੀਂ ਹੈ ਜੇ ਦਾ ਦਬਾਅ ਬਣ ਜਾਏ ਕੋਈ ਕਰ ਦੇ ਕੋਈ ਚੰਗਾ ਹੋ ਜਾਏ ਸੋ ਅਸੀਂ ਇਹ ਸਮਝਦੇ ਹਾਂ ਕਿ ਵੀ ਇਹਨਾਂ ਦੋਨੋਂ ਸੰਗਾਂ ਦੀਆਂ ਪਿਕਚਰਜ਼ ਵੀ ਫੌਰਨ ਜਿਹੜੀਆਂ ਨੇ ਕੇਂਦਰੀ ਸਿੱਖ ਜਾਇਬਕਾਰ ਦੇ ਵਿੱਚ ਲਗਾਈਆਂ ਜਾਣੀਆਂ ਚਾਹੀਦੀਆਂ ਨੇ ਜੀ ਜਿਹੜਾ ਕਲਚਰ ਹੁਣੇ ਹਰਸਮਰਤ ਕੌਰ ਬਾਦਲ ਨੂੰ ਬੜੀ ਤਕਲੀਫ ਹੋਈ ਕਿਉਂ ਟੈਰੀਓ ਅਸੈਂਬਲੀ ਦੇ ਰੈਜ਼ੋਲਿਊਸ਼ਨਸ ਪ੍ਰੈਜੂਡਿਸ ਰੈਸਿਜ਼ਮ ਇਨਟੋਲਰੈਂਸ ਯਰ ਜਸ ਮੀਡੀਆ ਚ ਬੀਬੀ ਦੀਏ ਸਟੇਟਮੈਂਟ ਲੱਗੀ ਹੈ ਉਹਦੇ ਚ ਸੁਬਰਾਮਣੀਅਮ ਸਵਾਮੀ ਉਹਦਾ ਕੋਈ ਨਾ ਕਿਸੇ ਜਾਣ ਪਾਣ ਜਾਣ ਪਛਾਣ ਦਾ ਮੋਤਾਜ ਨਹੀਂ ਹੈ ਬਹੁਤ ਵੱਡਾ ਆਈਡੀਆਲੋਗ ਹੈ ਹਿੰਦੂਤਵਾ ਦਾ ਰਾਜ ਸਭਾ ਦਾ ਮੈਂਬਰ ਹੈ ਤਾਜ਼ਾ ਤਾਜ਼ਾ ਨੂੰ ਬਣਾਇਆ ਆ ਆਰਐਸਐਸ ਨੇ ਜੀ ਔਰ ਹਮੇਸ਼ਾ ਹੀ ਜਦੋਂ ਉਹ ਗੱਲ ਕਰਦਾ ਉਹ ਗੱਲ ਕਰਦਾ ਜਿਹੜੀ ਕਿ ਇਨਫੈਕਟ ਸਾਰੇ ਹਿੰਦੂਤਵ ਵੀ ਅੰਦਰ ਅੰਦਰ ਵੜ ਕੇ ਕਰਦੇ ਨੇ ਬਾਰ ਉਹਨਾਂ ਦੀ ਕਹਿਣ ਦੀ ਕਿਆਂ ਦੀ ਹਿੰਮਤ ਹੁੰਦੀ ਹੈ ਕਿਆਂ ਦੀ ਨਹੀਂ ਹੁੰਦੀ ਔਰ ਇਹਨੇ ਹੁਣ ਕਸ਼ਮੀਰ ਦੇ ਵਿੱਚ ਜੋ ਚੱਲ ਰਿਹਾ ਜਿਵੇਂ ਕਸ਼ਮੀਰ ਚ ਹੁਣ ਪੁਲਿਸ ਇਸ ਹੱਦ ਤੱਕ ਜ਼ਬਰ ਤੇ ਆ ਗਈ ਕਿ ਈਵਨ ਕੁੜੀਆਂ ਦਾ ਕਾਲਜ ਮੁੰਡਿਆਂ ਦਾ ਕਾਲਜ ਬਿਨਾ ਪ੍ਰਿੰਸੀਪਲ ਔਰ ਦੂਜੇ ਦੀ ਇਜਾਜ਼ਤ ਦੇ ਅੰਦਰ ਜਾ ਕੇ ਉਹ ਫਾਇਰਿੰਗ ਕਰਦੇ ਨੇ ਮਾਰਦੇ ਨੇ ਦੂਜੇ ਨੇ ਪਿਛਲੇ ਦਿਨਾਂ ਚ ਪੀਸਫੁਲ ਪ੍ਰੋਟੈਸਟ ਹੋ ਰੱਖ ਜਿਹੜੇ ਨੇ ਕਸ਼ਮੀਰੀ ਬੱਚੇ ਮਾਰੇ ਗਏ ਜੀ ਔਰ ਸਾਰਾ ਕਸ਼ਮੀਰ ਜਿਹੜਾ ਉਹ ਖੜਾ ਹੈ ਇਸ ਵੇਲੇ ਔਰ 7 ਲੱਖ ਫੌਜ ਜ਼ੁਲਮ ਪੈਲਟ ਗਨਸ ਦੀ ਕਹਾਣੀ ਤਾਂ ਹੁਣ ਪੁਰਾਣੀ ਹੋ ਗਈ ਹੁਣ ਤਾਂ ਡਾਇਰੈਕਟ ਲਾਈਵ ਹੈ ਮਨੁਸ਼ੀਅਨ ਜਿਹੜਾ ਉਹ ਇਸਤੇਮਾਲ ਹੋ ਰਿਹਾ ਹੈ ਲੇਕਿਨ ਇਹਦੇ باوجود ਜਿਹੜਾ ਲੋਕਾਂ ਦਾ ਜ਼ਾਜ਼ੀ ਆਜ਼ਾਦੀ ਦਾ ਜ਼ਜ਼ਬਾ ਉਹ ਨਹੀਂ ਥੰਮ ਰਿਹਾ ਔਰ ਇਹਨਾਂ ਨੂੰ ਹੁਣ ਪਤਾ ਨਹੀਂ ਲਾ ਔਰ ਉਹਦੇ ਤੇ ਇਹ ਸੁਬਰਾਮਣੀਅਮ ਸਵਾਮੀ ਨੇ ਸੋਲੂਸ਼ਨ ਦੱਤੇ ਜੀ ਇੰਡੀਅਨ ਮਨਿਸਟਰ ਕਾਲਸ ਫਾਰ ਕੰਸਨਟ੍ਰੇਸ਼ਨ ਕੈਂਪਸ ਜੈਨੋਸਾਈਡ ਆਫ ਕਸ਼ਮੀਰੀਜ਼ ਉਹਨੇ ਕਿਹਾ ਜੀ ਜਦੋਂ 나ਜ਼ੀਆਂ ਨੇ ਕੰਸੈਂਟ੍ਰੇਸ਼ਨ ਕੈਂਪ ਬਣਾਏ ਸੀ ਯਹੂਦੀਆਂ ਦੇ ਇਦਾਂ ਸਾਰੇ ਉਥੋਂ ਕਸ਼ਮੀਰੀ ਕਢੋ ਸ਼੍ਰੀਨਗਰ ਤੋਂ ਉਹਨਾਂ ਨੂੰ ਤਮਿਲਨਾਡ ਚ ਲਿਜਾ ਕੇ ਰੱਖੋ ਉਥੇ ਠੰਡੇ ਇਲਾਕੇ ਵਾਲਿਆਂ ਨੂੰ ਗਰਮੀਆਂ ਦੇ ਵਿੱਚ ਲਿਆਓ ਔਰ ਇਹਨਾਂ ਦੀ ਨਸਲ ਕੁਸ਼ੀ ਕਰੋ ਜੀ ਇਹੀ ਇਹਨਾਂ ਦਾ ਇਲਾਜ ਹੈ ਨਿਊ ਡੈਲੀ ਸੋਲੂਸ਼ਨ ਟੂ ਕਸ਼ਮੀਰ ਵੈਲੀ ਰਿਵੋਲਟ ਇਜ਼ ਟੂ ਡੀਪੋਪੂਲੇਟ ਐਜ਼ ਵਾਸ ਡਨ ਟੂ ਕਸ਼ਮੀਰ ਵੈਲੀ ਹਿੰਦੂਸ ਫਾਰ ਅ ਫਿਊ ਇਅਰਸ ਕੀਪ ਥੈਮ ਇਨ ਰਿਫਿਊਜੀ ਕੈਂਪਸ ਇਨ ਤਮਿਲਨਾਡੂ ਉਹਨੇ ਕਿਹਾ ਜੀ ਜਿਵੇਂ ਕਸ਼ਮੀਰੀ ਪੰਡਤ ਉੱਥੋਂ ਨਿਕਲੇ ਨੇ ਇਵੇਂ ਜਿਹੜੇ ਕਸ਼ਮੀਰੀਆਂ ਨੂੰ ਕੱਢੋ ਔਰ ਇਹਨਾਂ ਨੂੰ ਤਮਿਲਨਾਡੂ ਦੇ ਵਿੱਚ ਜਿਹੜਾ ਹੈ ਉਹ ਲਿਆ ਕੇ ਤੁਸੀਂ ਕੈਂਪਾਂ ਦੇ ਵਿੱਚ ਰੱਖੋ ਸੈਡ ਸੁਬਰਾਮਨੀਅਮ ਸਵਾਮੀ ਔਨ ਟਿਊਜ਼ਡੇ ਰਿਐਕਟਿੰਗ ਟੂ ਅ ਰੀਸੈਂਟ ਅਪਰਾਈਜ਼ਿੰਗ ਇਨ ਕਸ਼ਮੀਰ ਆਫਟਰ ਆਕੂਪਾਈਡ ਫੋਰਸਸ ਇਨਕਰੀਸ देयर ਕ੍ਰੈਕਡਾਊਨ ਦਾ ਮਿਨਿਸਟਰ ਸੈਡ ਥੈਟ ਦਾ ਵੈਲੀ ਸ਼ੁੱਡ ਬੀ ਡੀਪੋਪੂਲੇਟਿਡ ਵੀ ਉੱਥੋਂ ਤੁਸੀਂ ਕੱਢੋ ਐਂਡ ਕਸ਼ਮੀਰੀ ਸੈਂਟ ਟੂ ਰਿਫਿਊਜੀ ਕੈਂਪਸ ਇਨ ਤਮਿਲਨਾਡੂ ਟੂ ਕਰਬ ਪ੍ਰੋਟੈਸਟ ਇਨ ਦਾ ਸਟੇਟ ਔਰ ਫਿਰ ਉਹਨੇ ਕਿਹਾ ਕਿ ਵੀ ਇਹ ਜਿਹੜਾ ਕੱਲਾ ਇਹੀ ਇੱਥੇ ਨਹੀਂ ਉਹ ਰੁਕਿਆ ਉਹਨੇ ਕਿਹਾ ਕਿ ਵੀ ਇਹ ਜਿਹੜਾ ਪਾਰਟ ਹੈ ਹੁਣੇ ਵਕਤ ਆ ਗਿਆ ਕਿ ਬਲੋਚਿਸਤਾਨ ਨੂੰ ਇੱਕ ਆਜ਼ਾਦ ਨੇਸ਼ਨ ਜਿਹੜਾ ਉਹ ਡਿਕਲੇਅਰ ਕਰ ਦਿਓ ਔਰ ਇਹੀ ਜਵਾਬ ਹੋਣਾ ਚਾਹੀਦਾ ਕੁਲਭੂਸ਼ਨ ਯਾਦਵ ਨੇ ਪਾਕਿਸਤਾਨ ਹੈਂਗਸ ਕੁਲਭੂਸ਼ਨ ਯਾਦਵ ਦੈਨ ਇੰਡੀਆ ਮਸਟ ਰੈਕਗਨਾਈਜ਼ ਬਲੋਚਿਸਤਾਨ ਐਜ਼ ਐਨ ਇੰਡੀਪੈਂਡੈਂਟ ਕੰਟਰੀ ਔਰ ਉਹਨੇ ਕਿਹਾ ਵੀ ਟਾਈਮ ਆ ਗਿਆ ਕਿ ਪਾਕਿਸਤਾਨ ਨੂੰ ਜਿਹੜਾ we should prepare to take stringent action against pakistan aur sanu we should break pakistan into four pieces aur a balochistan nu azad karo hun eh je har simranjit kaur badal nu angrezi aundi hai waise ohne padhai padhi koi nahi kiti hoyi oi bull mod mar ke hindi angrezi bolan da mera nahi khayal 10th bhi pass hai par je unko padh ke sunai de angrezi je punjabi ch ta nahi in da shayad bayan oh launde kyunki okay, punjabi waleyan nu bhi tarjuma karna kaati hoya hai te fir har simranjit kaur badal sun le ਤਫੇਰੇ ਕਲੇਮ ਕਰੇ ਕਿ ਭਾਰਤ ਦੇ ਵਿੱਚ ਨਫਰਤ ਨਹੀਂ ਹੈ ਉਹ ਕਹਿ ਰਿਹਾ ਕੰਸੈਂਟਰੇਸ਼ਨ ਕੈਂਪਾਂ ਚ ਰੱਖੋ ਨਜ਼ਰਕੁਸ਼ੀ ਕਰੋ ਭਾਰਦੋ ਸਾਰੇ ਔਰ ਇਹ ਕਹਿ ਰਹੀ ਜੀ ਸਾਡੇ ਭਾਰਤ ਨੂੰ ਕਹਿੰਦਾ ਜੀ ਇਨਟੋਲਰੈਂਸ ਹੈ ਜੀ ਰੇਸਿਜ਼ਮ ਹੈ ਜੀ ਔਰ ਇਹ ਹਾਲ ਹੈ ਜੀ ਡਾਕਟਰ ਸਾਹਿਬ ਬਿਲਕੁਲ ਹੁਣ ਤੇ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ ਅੱਜ ਦੇ ਵਿਚਾਰ ਲਈ ਅਸੀਂ ਭਾਈ ਗੁਰਦਾਸ ਜੀ ਦੇ ਕਵਿਤ ਨੂੰ ਚੁਣਿਆ ਜਿਹੜੇ ਬ੍ਰਿਜ ਪਾਸ਼ਾ ਚ ਹੈ ਪ੍ਰੇਮ ਰਸ ਕੋ ਪ੍ਰਤਾਪ ਸੋਈ ਜਾਣੇ ਜਾ ਮੈਂ ਬੀਤੇ ਮਦਨ ਮਦੋਨ ਮਤਵਾਰੋ ਜਗ ਜਾਣੀਏ ਕੂਰਮ ਹੋਏ ਕਾਇਲ ਸੋ ਕੂਮਤ ਅਰੁਣ ਦਿਗ ਮਿੱਤਰ ਸ਼ਤਰਤਾ ਨਿਲਜ ਲਜਾ ਹੂ ਲਜਾਨੀਏ ਰਸਨਾ ਰਸੀਲੀ ਕਥਾ ਅਕਥ ਕੈ ਮੋਨ ਬ੍ਰਤ ਅਨ ਰਸ ਰਹਿਤ ਨ ਉਤਰ ਬਖਾਨੀਏ ਸੁਰਤ ਸੰਕੋਚ ਸੰਸਰ ਅਸਤੁਤ ਨਿੰਦਾ ਪਗ ਡਗ ਮਗ ਜਤ ਕਤ ਬਿਸਮਾਨੀ ਜੀ ਭਾਈ ਸਾਹਿਬ ਨੇ ਹਮੇਸ਼ਾ ਵਾਂਗ ਜਿਵੇਂ ਉਹ ਹਰ ਚੀਜ਼ ਦੀ ਉਦਾਹਰਣ ਦੇ ਕੇ ਆਪਣੀ ਗੱਲ ਫੋਕਸ ਕਰਦੇ ਨੇ ਕਿ ਜਿਹੜਾ ਰੱਬ ਦੇ ਰੰਗ ਵਿੱਚ ਰੰਗਿਆ ਹੋਇਆ ਗੁਰਸਿੱਖ ਹੁੰਦਾ ਉਸ ਦੀ ਸੁਰਤ ਸੰਕੋਚ ਮੈਂ ਅਖੀਰਲੇ ਤੋਂ ਸ਼ੁਰੂ ਕਰਾਂ ਕਿ ਉਸ ਦੇ ਅੰਦਰ ਉਸ ਦੀ ਸੁਰਤ ਜਿਹੜੀ ਹੈ ਉਹਦੇ ਵਿੱਚ ਇੱਛਾਵਾਂ ਨਹੀਂ ਰਹਿੰਦੀਆਂ ਡਿਜ਼ਾਇਰਸ ਨਹੀਂ ਹੁੰਦੀਆਂ ਸੰਸਾਰ ਅਸਤੁੱਤ ਨਿੰਦਾ ਉਸਲੇ ਹੀ ਰੱਬ ਨਾਲ ਜੁੜੇ ਹੋਏ ਮਨੁੱਖ ਦੇ ਲਈ ਉਸਤਤ ਤੇ ਨਿੰਦਿਆ ਦੋਨੋਂ ਇੱਕ ਬਰਾਬਰ ਹੁੰਦੇ ਨੇ ਪੱਗ ਡੱਗ ਮਗ ਜਤ ਕਤ ਬਿਸਮਾਨੀ ਔਰ ਉਸ ਦੇ ਅੰਦਰ ਪ੍ਰੇਮ ਦਾ ਨਸ਼ਾ ਹੁੰਦਾ ਹੈ ਪ੍ਰੀਤ ਦਾ ਨਸ਼ਾ ਹੁੰਦਾ ਹੈ ਉਹ ਨਸ਼ੇ ਦੇ ਵਿੱਚ ਝੂਮਦਾ ਫਿਰਦਾ ਹੈ ਤੇ ਜਿੱਥੇ ਕਿਤੇ ਵੀ ਉਹ ਬੈਠਦਾ ਹੈ ਗੱਲ ਕਰਦਾ ਹੈ ਉੱਠਦਾ ਹੈ ਬੋਲਦਾ ਹੈ ਉਸ ਦੇ ਵਿੱਚ ਇੱਕ ਬਿਸਮਾਦ ਹੁੰਦਾ ਹੈ ਇੱਕ ਵੰਡਰ ਹੁੰਦਾ ਹੈ ਇੱਕ ਖਿੱਚ ਹੁੰਦੀ ਹੈ ਉਹਦੀ ਉਹਦੇ ਵੱਲ ਤੁਸੀਂ ਖਿੱਚੇ ਜਾਂਦੇ ਹੋ ਤੁਹਾਨੂੰ ਸਖਣਾ ਨਹੀਂ ਲੱਗਦਾ ਭਰਿਆ ਭਰਿਆ ਲੱਗਦਾ ਔਰ ਉਹਦੇ ਲਈ ਉਹਨਾਂ ਨੇ فرمایا ਪ੍ਰੇਮ ਰਸ ਕੋ ਪ੍ਰਤਾਪ ਸੋਈ ਜਾਣੇ ਜਾਮੇ ਬੀਤੇ ਉਹਨੇ ਜਿਹੜਾ ਪ੍ਰੇਮ ਦਾ ਰਸ ਹੈ ਇਸ ਦਾ ਕੀ ਪ੍ਰਤਾਪ ਹੈ ਇਹਨੂੰ ਉਹੀ ਜਾਣਦਾ ਜਿਸ ਨੇ ਇਹ ਪ੍ਰੇਮ ਕੀਤਾ ਜਿਸ ਦੇ ਅੰਦਰ ਪ੍ਰੇਮ ਦਾ ਭਾਉ ਹੈ ਪ੍ਰੇਮ ਨਾਲ ਜਿਹੜਾ ਭਰਿਆ ਹੈ ਉਹੀ ਇਹਨੂੰ ਜਾਣ ਸਕਦਾ ਹੈ ਮਦਨ ਮੰਦੋਨ ਮਤ ਵਾਰੋ ਜਗ ਜਾਨੀ ਹੁਣ ਦੁਨੀਆ ਦੇ ਲਈ ਉਹ ਜਦੋਂ ਪ੍ਰੇਮ ਪੁੱਤਰੀਆਂ ਨੂੰ ਦੇਖਦੇ ਨੇ ਉਹ ਤਾਂ ਉਹਨੂੰ ਮਤਵਾਰਾ ਕਹਿਣਗੇ ਪਗਲਾ ਕਹਿਣਗੇ ਸ਼ਦਾਈ ਕਹਿਣਗੇ ਝੱਲਾ ਕਹਿਣਗੇ ਕਮਲਾ ਕਹਿਣਗੇ ਕੋ ਆਖੇ ਭੂਤਨਾ ਕੋ ਕਹੇ ਬੇਤਾਲਾ ਕੋਈ ਆਖੇ ਆਦਮੀ ਨਾਨਕ ਬੇਚਾਰਾ ਪਿਆ دیਵਾਨਾ ਸ਼ਾਹ ਕਾ ਨਾਨਕ ਬੌਰਾਨਾ ਜੀ دیਵਾਨਾ ਬੌਰਾਨਾ ਤੇ ਪਾਈ ਸਾਹਿਬ ਕਹਿੰਦੇ ਨੇ ਮਦਨ ਮਦੂਨ ਮਤ ਵਾਰੋ ਜਗ ਜਾਨੀ ਹੈ ਦੁਨੀਆ ਤਾਂ ਉਸ ਨੂੰ ਮਤਵਾਰਾ ਔਰ ਕਮੜਾ ਹੀ ਕਹਿੰਦੀ ਹੈ ਕੂਰਮ ਹੋਏ ਕਾਇਲ ਸੋ ਹੂਮਤ ਅਰुणद्रिग ਮਿਤਰ ਸਤਰਤਾ ਨਿਲਾਜ ਲਜ ਲਜਾ ਹੋ ਲੈ ਜਾਨੀ ਇਵੇਂ ਹੈ ਕਿ ਵੀ ਜਿਹੜਾ ਯੋਧਾ ਜੰਗ ਦੇ ਮੈਦਾਨ ਦੇ ਵਿੱਚ ਕਾਇਲ ਹੁੰਦਾ ਹੈ ਜ਼ਖਮੀ ਹੁੰਦਾ ਹੈ ਜੀ ਔਰ ਉਹ ਜ਼ਖਮੀ ਦੇ ਅੰਦਰ ਫਿਰ ਰੋਹ ਹੁੰਦਾ ਹੈ ਜਬ ਇਹ ਬਾਣ ਲੱਗੇ ਤਬ ਉਹ ਰੋਸ ਜਾਗਿਓ ਜੀ ਹੁਣ ਉਹ ਰੋਹ ਦੇ ਵਿੱਚ ਅੱਖਾਂ ਉਹਦੀਆਂ ਲਾਲ ਹੁੰਦੀਆਂ ਨੇ ਹਕੂਮਤ ਅਰुण ਦ੍ਰਿਗ ਉਸ ਦੀਆਂ ਅੱਖਾਂ ਜਿਹੜੀਆਂ ਨੇ ਉਹ ਬਿਲਕੁਲ ਸਲਾਖਾਂ ਵਾਂਗ ਲੋਹੇ ਦੀਆਂ ਜਿਵੇਂ ਗਰਮ ਸਲਾਖ ਹੁੰਦੀ ਹੈ ਇਵੇਂ ਉਹਦੀਆਂ ਅੱਖਾਂ ਦੇ ਵਿੱਚ ਲਾਲੀ ਹੁੰਦੀ ਹੈ ਔਰ ਉਹ ਫਿਰ ਬਦਲੇ ਦੇ ਵਿੱਚ ਇਸ ਕਦਰ ਭਰਿਆ ਹੁੰਦਾ ਹੈ ਕਿ ਉਸ ਦੇ ਲਈ ਮਿੱਤਰ ਜਾਂ ਸ਼ਤਰੂ ਕੋਈ ਮੈਨੇ ਨਹੀਂ ਰਖਦਾ ਉਹ ਆਪਣੇ ਨਿਸ਼ਾਨੇ ਵੱਲ ਵੱਧ ਰਿਹਾ ਹੁੰਦਾ ਕਿਉਂਕਿ ਉਹ ਇੱਕ ਯੋਧਾ ਹੈ ਔਰ ਉਹਦੇ ਅੰਦਰ ਉਸ ਬਾਣ ਨੇ ਉਸ ਜ਼ਖਮ ਨੇ ਜਿਹਨੇ ਕਾਇਲ ਕੀਤਾ ਉਹਨੇ ਹੋਰ ਉਹਦੇ ਰੋਹ ਨੂੰ ਪ੍ਰਚੰਡ ਕੀਤਾ ਜੀ ਰਸਨਾ ਰਸੀਲੀ ਕਥਾ ਅਕਥ ਕੈ ਮੋਨ ਬ੍ਰਤ ਰੱਬ ਦੇ ਪਿਆਰ ਵਾਲਿਆਂ ਦੀ ਰਸਨਾ ਦੇ ਵਿੱਚ ਇੱਕ ਰਸ ਹੁੰਦਾ ਹੈ ਉਹਨਾਂ ਦੀ ਜ਼ੁਬਾਨ ਦੇ ਵਿੱਚ ਇੱਕ ਮਠਾਸ ਹੁੰਦੀ ਹੈ ਜ਼ਬਾਨ ਦੇ ਵਿੱਚ ਇੱਕ ਅਕਰਖਣ ਹੁੰਦਾ ਹੈ ਇੱਕ ਖਿੱਚ ਹੁੰਦੀ ਹੈ ਇੱਕ ਅਟਰੈਕਸ਼ਨ ਹੁੰਦੀ ਹੈ ਜੀ ਕਥਾ ਅਕਥਕ ਹੈ ਉਹ ਜਦੋਂ ਰੱਬ ਦੀ ਗੱਲ ਵੀ ਸੁਣਾਉਂਦੇ ਨੇ ਤੇ ਉਹ ਇਵੇਂ ਹੁੰਦਾ ਜਿਵੇਂ ਚਾਰਚ ਫੇਰੇ ਉਹਨਾਂ ਨੇ ਪਿਆਰ ਦਾ ਰਸ ਘੋਲ ਦਿੱਤਾ ਹੋਏ ਔਰ ਬਹੁਤ ਵਾਰ ਉਹ ਕਦੇ ਤਾਂ ਰੱਬ ਦੇ ਪਿਆਰ ਦੇ ਵਿੱਚ ਵਿਖਿਆਨ ਕਰਦੇ ਨੇ ਕਥਨ ਕਰਦੇ ਨੇ ਮੋਨ ਬ੍ਰਤ ਕਦੇ ਜਿਹੜੇ ਨੇ ਉਹ ਬਿਲਕੁਲ ਚੁੱਪ ਕਰ ਜਾਂਦੇ ਨੇ ਜਿਸ ਨੂੰ ਅਸੀਂ ਬਾਣੀ 'ਚ ਪੜਦੇ ਆਂ ਰੰਗ ਹੱਸੇ ਰੰਗ ਰੋਵੇ ਚੁੱਪ ਵੀ ਕਰ ਜਾਏ ਪਰਵਾਹ ਨਹੀਂ ਕਿਸੇ ਕੇਰੀ ਬਾਜ ਸੱਚੇ ਨਾਏ ਕਦੇ ਹਸਣੇ ਕਦੇ ਚੁੱਪ ਕਰ ਜਾਣੇ ਇਹ ਉਸ ਪਿਆਰ ਦੇ ਰੰਗ ਨੇ ਅਨਰਸ ਰਹਿਤ ਨਾ ਉੱਤਰ ਬਖਾਨੀ ਉਹਨਾਂ ਦੇ ਅੰਦਰ ਸਿਰਫ ਵਾਹਿਗੁਰੂ ਦੇ ਪਿਆਰ ਰਸ ਦੀ ਇੱਕ ਝਲਕ ਹੁੰਦੀ ਹੈ ਅਨਰਸ ਉਹ ਦੂਸਰੇ ਸਵਾਦਾਂ ਦੇ ਵਿੱਚ ਪੈ ਕੇ ਬੇਮਤਲਬ ਜਿਹੜੇ ਆ ਗੱਲਾਂ-ਬਾਤਾਂ ਦੇ ਵਿੱਚ ਜਾਂ ਦਲੀਲਾਂ ਦੇ ਵਿੱਚ ਨਹੀਂ ਪੈਂਦੇ ਤੇ ਅਖੀਰ 'ਚ ਜਿਵੇਂ ਮੈਂ ਪਹਿਲਾਂ ਹੀ ਕਿਹਾ ਸੁਰਤ ਸੰਕੋਚ ਸੰਸਰ ਉਸਤਤ ਨਿੰਦਾ ਉਹਨਾਂ ਦੀ ਸੁਰਤ ਜਿਹੜੀ ਆ ਉਹਦੇ 'ਚ ਡਿਜ਼ਾਇਰ ਇਛਾਵਾਂ ਨਹੀਂ ਹੁੰਦੀਆਂ ਔਰ ਉਸਤਤ ਨਿੰਦਾ ਨੂੰ ਬਰਾਬਰ ਸਮਝਦੇ ਨੇ ਪਗ ਡਗ ਮਗ ਜਤ ਕਤ ਬਿਸਮਾਨੀ ਕਿ ਭਈ ਉਹ ਜਿੱਥੇ-ਜਿੱਥੇ ਵੀ ਪੈਰ ਰੱਖਦੇ ਨੇ ਪ੍ਰੇਮ ਮਤਵਾਰੇ ਉਹਨਾਂ ਗੁਰੂ ਪਿਆਰਿਆਂ ਦੇ ਪੈਰ ਜਿੱਥੇ ਪੈਂਦੇ ਨੇ ਉੱਥੇ ਇੱਕ ਬਿਸਮਾਨੀ ਉੱਥੇ ਵੰਡਰ ਮਾਰਵਲ ਇੱਕ ਬਿਸਮ ਇੱਕ ਆਨੰਦ ਆਪਣੇ ਕਿਸਮ ਦਾ ਜਿਹੜਾ ਉਹ ਮਹਿਸੂਸ ਹੋ ਜੀ ਡਾਕਟਰ ਸਾਹਿਬ ਬਿਲਕੁਲ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਅੱਜ ਦੇ ਇਹ ਮੈਸੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਇਸ ਨਾਲ ਆਪਣੇ ਵੀਅਰਸ ਕੋਲ ਨੇ ਇਜਾਜ਼ਤ ਵੀਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਤੁਸੀਂ ਆਪਣੀ رائے ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ s o s a t v 4.tv ਤੇ ਅਸੀਂ ਆਪਣਾ ਪ੍ਰੋਗਰਾਮ ਲਾ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ ਤਦ ਤੱਕ ਲਈ ਮੈਨੂੰ ਤੇ ਪ੍ਰਸਵਾਗਿਆ ਦਿਓ ਦੇਖਦੇ ਰਹੋ ਟੀਵੀਡੀ 4 ਬੁਲਾਦੇ ਹੋ ਪਤੇ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ ਕੀ ਫਤਿਹ